ਰਾਤ ਨੂੰ ਨਾ ਪਾਤਸ਼ਾਹ ਨੂੰ ਪੰਜ ਸਿੰਘਾਂ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਤੁਸੀਂ ਨਾ ਗੜੀ ਛੱਡ ਜਾਓ। ਪਾਤਸ਼ਾਹ ਨੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਚਮਕੌਰ ਦੀ ਗੜੀ ਨੂੰ ਛੱਡਿਆ ਜੀ। ਰਾਤ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਪਾਤਸ਼ਾਹ ਨਾਲ ਲੈ ਕੇ ਗੜੀ ਵਿੱਚੋਂ ਨਿਕਲੇ ਸਨ ਅਤੇ ਜਿਸ ਸਥਾਨ 'ਤੇ ਪਾਤਸ਼ਾਹ ਨੇ ਤਾੜੀ ਮਾਰ ਕੇ ਕਿਹਾ ਸੀ ਆਪਾਂ ਉਸ ਸਥਾਨ ਦੇ ਚੱਲਦੇ ਹਾਂ, ਦਰਸ਼ਨ ਕਰਦੇ ਹਾਂ ਜੀ। ਅਤੇ ਪਾਤਸ਼ਾਹ ਨੇ ਕੀ ਕਿਹਾ ਜੀ, ਆਪਾਂ ਚੱਲ ਕੇ ਉਸ ਸਥਾਨ ਬਾਰੇ ਜਾਣਦੇ ਹਾਂ ਜੀ। ਆਓ ਚੱਲੀਏ ਆਪਾਂ ਉਸ ਸਥਾਨ ਉੱਤੇ ਜੀ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ 'ਤੇ ਛੱਡਣ ਤੋਂ ਬਾਅਦ ਇਸ ਸਥਾਨ ਉੱਤੇ ਪੁੱਜੇ ਸਨ। ਉਹਨਾਂ ਨੇ ਇਸ ਸਥਾਨ 'ਤੇ ਤਾੜੀ ਮਾਰ ਕੇ ਕਿਹਾ ਸੀ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕਿਸੇ 'ਚ ਹਿੰਮਤ ਹੈ ਤਾਂ ਰੋਕ ਕੇ ਵਿਖਾਓ। ਪਾਤਸ਼ਾਹ ਇਸ ਸਥਾਨ ਤੋਂ ਬਾਅਦ ਗੁਰਦੁਆਰਾ ਜੰਡ ਸਾਹਿਬ, ਝਾੜ ਸਾਹਿਬ ਅਤੇ ਮਾਛੀਵਾੜਾ ਸਾਹਿਬ ਹੁੰਦੇ ਹੋਏ ਸਾਬੋ ਕੀ ਤਲਵੰਡੀ ਫਿਰ ਹਜ਼ੂਰ ਸਾਹਿਬ ਪਹੁੰਚੇ ਸਨ। ਪਾਤਸ਼ਾਹ ਜਿਸ ਤਰ੍ਹਾਂ ਗਏ ਸਨ, ਆਪਾਂ ਵੀ ਅੱਜ ਇਸੇ ਸਥਾਨ ਤੋਂ ਜੀ ਗੁਰਦੁਆਰਾ ਤਾੜੀ ਸਾਹਿਬ ਤੋਂ ਜਾਵਾਂਗੇ ਜੀ। ਉਹਨਾਂ ਸਥਾਨਾਂ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਸਥਾਨਾਂ ਦੇ ਉੱਤੇ ਪਾਤਸ਼ਾਹ ਰੁਕੇ ਸਨ ਜੀ, ਕੁਛ ਦੇਰ ਬੈਠੇ ਸਨ ਜੀ। ਆ ਜਾਓ ਆਪਾਂ ਪਹਿਲਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ, ਫਿਰ ਚੱਲਦੇ ਹਾਂ ਜੀ ਉਹਨਾਂ ਸਥਾਨਾਂ ਵੱਲ ਨੂੰ ਜੀ। ਸਾਡੀ ਇਹ ਪੂਰੀ ਵੀਡੀਓ, ਇਹ ਸੀਰੀਜ਼ ਪੂਰੀ ਜੀ ਜ਼ਰੂਰ ਦੇਖਿਓ ਜੀ, ਬਿਨਾਂ ਸਕਿੱਪ ਕੀਤੇ ਹੋਏ ਦੇਖਿਓ ਜੀ। ਆਓ ਚੱਲਦੇ ਹਾਂ ਆਪਾਂ ਹੁਣ ਅੰਦਰ ਨੂੰ ਜੀ। ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਹਜੋ ਆਪਾਂ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ, ਦਸਵੇਂ ਪਾਤਸ਼ਾਹ ਦੇ ਉਸ ਸਮੇਂ ਨੂੰ ਕੁਛ ਦੇਰ ਬੈਠ ਕੇ ਅੰਦਰ ਜੀ ਯਾਦ ਕਰਦੇ ਹਾਂ, ਮਹਿਸੂਸ ਕਰਦੇ ਹਾਂ ਜੀ। ਇਹ ਆ ਸਾਹਮਣੇ ਜੀ ਗੁਰੂ ਕਾ ਲੰਗਰ ਜੀ। ਲੋੜ ਅਨੁਸਾਰ ਆਪਾਂ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਸ ਸਥਾਨ ਤੋਂ ਨਾ ਹਰ ਇੱਕ ਸਾਲ ਨਗਰ ਕੀਰਤਨ ਸਭਾ ਦੇ ਦਿਨਾਂ ਦੇ ਵਿੱਚ ਰਾਤ ਨੂੰ 12 ਵਜੇ ਤਾੜੀ ਮਾਰ ਕੇ ਜਿਵੇਂ ਪਾਤਸ਼ਾਹ ਗਏ ਸਨ, ਉਵੇਂ ਸੰਗਤੀ ਰੂਪ ਦੇ ਵਿੱਚ ਪੈਦਲ ਕੁਛ ਟਰਾਲੀਆਂ ਰਾਹੀਂ ਨਗਰ ਕੀਰਤਨ ਜਾਂਦਾ ਆ, ਉਹਨਾਂ ਸਥਾਨਾਂ ਦੇ ਦਰਸ਼ਨ ਕਰਦਾ ਹੋਇਆ ਜਿਵੇਂ ਜਿਵੇਂ ਪਾਤਸ਼ਾਹ ਗਏ ਸਨ ਜੀ। ਮੈਂ ਵੀ ਤਕਰੀਬਨ 3 ਸਾਲ ਉਹਨਾਂ ਸਿੰਘਾਂ ਦੇ ਨਾਲ ਗਿਆ ਹਾਂ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਜੀ ਉਹਨਾਂ ਸਥਾਨਾਂ ਵੱਲ ਨੂੰ ਜਿਨ੍ਹਾਂ ਸਥਾਨਾਂ ਲਈ ਸਾਡੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਏ ਸਨ ਜੀ। ਆਪਾਂ ਚੱਲਦੇ ਹਾਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਹਾਂ ਜੀ। ਆਓ ਚੱਲੀਏ ਜੀ।
उस समय पातशाह दे कोल ना घोड़ा सी ना पैरी जोड़ा सी, सिर्फ हथ विच श्री साहिब सी। पातशाह चन्न दी रोशनी दे सहारे अगे वल नू वधदे गए, सिर्फ ते सिर्फ साडे लई जी। हुण आपां पहुँच गए जी गुरद्वारा अमर शहीद बीबी शरण कौर जी दे अस्थान ते जी। इस बीबी शरण कौर नू गुरु गोबिंद सिंह जी महाराज जी ने जी सुपने दे विच दर्शन दित्ते सन जी, भी जिहड़ी गढ़ी दे विच सिंघ शहीद होए सन, दो साहिबजादे बाकी होर सिंघ जिन्ने भी शहीद होए सन, माता शरण कौर जी ने उन्हां दी चिखा तैयार करके उन्हां दा संस्कार कीता सीगा जी। ते बीबी शरण कौर जी नू भी मुगलां वल्लों जी उन्हां चिखां दे विच ही सिट के जी शहीद कर दित्ता गया सीगा जी। ये है जी बीबी शरण कौर जी का स्थान जी बनया होया पिंड रायपुर दे विच बनया होया जी। ये आ जाओ आपां इस स्थान दे अंदरों भी दर्शन करते हैं जी। गुरुद्वारे दे इस पासे जी बनया होया लंगर हाल। चमकौर साहिब दे पार्ट दो दी वीडियो इत्थी करदे आ समाप्त जी। याद रखियो सीरीज़ दा यही पार्ट खत्म होया है, सीरीज़ नहीं, इसलिए साडे नाल पूरी सीरीज़ दे विच बने रहो। वीडियो लाइक कर दियो, चैनल सबसक्राइब कर दियो, बैल आइकन दबना ना भूलो जी। वाहिगुरू जी का खालसा, वाहिगुरू जी की फतेह जी।